ਅਸੀਂ ਰੈਗੂਲਰ ਹੀ ਇਹ ਕਰਦੇ ਹਾਂ ਜੀ। ਮਾਨਯੋਗ ਸੀ ਐੱਮ ਸਾਹਿਬ ਵੱਲੋਂ ਵੀ ਸਾਨੂੰ ਦਿੱਤਾ ਹੈਗੀਆਂ, ਤਾਂ ਉਸ ਤੋਂ ਬਾਅਦ ਡੀ ਜੀ ਪੀ ਸਾਹਿਬ ਵੱਲੋਂ ਅੱਗੇ ਜੋ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਐੱਸ ਐੱਸ ਪੀ ਸਾਹਿਬ ਦੁਆਰਾ ਪਲਾਨਿੰਗ ਬਣਾਈ ਜਾਂਦੀ ਹੈ। ਫਿਰ ਉਹਦੀ ਪਲਾਨਿੰਗ ਦੇ ਆਧਾਰ 'ਤੇ ਅਸੀਂ ਜਿਹੜਾ ਹੈਗਾ ਜਿਹੜੇ ਵੀ ਐਂਟੀ ਸੋਸ਼ਲ ਐਲੀਮੈਂਟ ਆ, ਚਾਹੇ ਉਹ ਚਿੱਟੇ ਵਾਲੇ ਹੋਣ, ਹੋਰ ਡਰੱਗ ਦਾ ਕੋਈ ਕੰਮ ਕਰਦੇ ਹੋਣ, ਜਾਂ ਇਸ ਤੋਂ ਇਲਾਵਾ ਹੋਰ ਵੀ ਕਿਸੇ ਕਿਸਮ ਦਾ ਮਤਲਬ ਜਿਹੜੇ ਕ੍ਰਾਈਮ ਨਾਲ ਜੁੜਿਆ, ਗੈਂਗਸਟਰ, ਸਨੇਚਿੰਗ, ਫੋਰਸ, ਸਾਰੇ ਚੀਜ਼ਾਂ 'ਤੇ ਅਸੀਂ ਜਿਹੜੀਆਂ ਕੰਟੀਨਿਊ ਆਪਣੀਆਂ ਹੈਮਰਿੰਗ ਕਰਦੇ ਹਾਂ, ਰੇਡ ਕਰਦੇ ਹਾਂ ਜੀ, ਉਹਨਾਂ ਨੂੰ ਐਲੀਮੀਨੇਟ ਕਰਦੇ ਹਾਂ। ਪਿੱਛੇ ਤੁਸੀਂ ਦੇਖਿਆ ਹੋਣਾ ਰਿਕਵਰੀਆਂ ਵੀ ਕਾਫੀ ਹੋਈਆਂ, ਡਿਸਟ੍ਰਿਕਟ ਦੇ ਵਿੱਚ ਵੀ ਕੁਛ ਆਪਣਾ ਸ਼ੂਟਰਸ ਵੀ ਫੜੇ ਹੈਗੇ ਆ ਜਿਹੜੇ ਜੇਲ੍ਹ 'ਚੋਂ ਲੈ ਕੇ ਸੀ ਸਟਾਫ ਨੇ, ਤਾਂ ਸਾਡੀ ਇੱਕ ਜੁਆਇੰਟ ਐਫਰਟਸ ਹੈਗੇ ਆ, ਉਹਦੇ ਵਿੱਚ ਸਾਰੇ ਇਕੱਠੇ ਹੋ ਕੇ ਕੰਮ ਕਰਦੇ ਜੀ। ਕੁਛ ਜਗ੍ਹਾ ਕੀਤਾ, ਕੁਛ ਜਗ੍ਹਾ ਕਰ ਲਾਂਗੇ, ਅਮਲ ਲੱਗ ਜਾਂਦਾ ਹੈਗਾ ਜੀ। ਤਾਂ ਸਾਨੂੰ ਜਿਹੜੀ ਐਡੀਸ਼ਨਲ ਫੋਰਸ ਐੱਸ ਐੱਸ ਪੀ ਸਾਹਿਬ ਫਰੀਦਕੋਟ ਵੱਲੋਂ ਦਿੱਤੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਅਸੀਂ ਜਿਹੜੇ ਐੱਸ ਐੱਚ ਓ ਸਾਹਿਬ ਸਿਟੀ ਕੋਟਕਪੂਰਾ ਤਾਂ ਹੋਰ ਸਾਰੀ ਫੋਰਸ ਨਾਲ ਰਲ ਕੇ ਕਰਦੇ ਹਾਂ।